ਇਹ ਵਾਕ ਸਾਫ਼ ਦੱਸਦਾ ਹੈ ਕਿ ਸਤਗੁਰੂ ਯਿਸੂ ਪਰਮਾਤਮਾ ਦੇ ਨਾਲ ਇੱਕ ਹੈ ਉਹ ਸ਼ੁਰੂ ਤੋਂ ਹੀ ਸੀਗੇ ਤੇ ਉਹਨਾਂ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਰਚਿਆ ਉਹਨਾਂ ਦੇ ਵਿੱਚ ਜੀਵਨ ਸੀ ਤੇ ਜੀਵਨ ਮਨੁੱਖਾਂ ਦਾ ਚਾਨਣ ਸੀ ਸਤਗੁਰੂ ਯਿਸੂ ਨੇ ਆਖਿਆ ਹੈ ਕਿ ਉਹੀ ਰਾਹ ਸੱਚ ਤੇ ਜੀਵਨ ਹਨ ਉਹ ਚਾਨਣ ਅਤੇ ਬੁੱਧੀ ਦੇ ਰਾਜਾ ਨੇ ਅਤੇ ਸਤਗੁਰੂ ਯਿਸੂ ਹੀ ਸਤ ਨੇ ਔਰ ਉਹ ਚਾਨਣ ਸਚਾਈ ਤੇ ਜੀਵਨ ਦੇ ਪ੍ਰਤੱਖ ਰੂਪ ਹਨੇ ਪਿਆਰਿਓ ਸਤਗੁਰੂ ਯੇਸੂ ਜਦ ਦੇ ਸੰਸਾਰ ਦੇ ਵਿੱਚ ਚਾਨਣ ਦਾ ਰਾਹ ਵਿਖਾਉਣ ਵਾਸਤੇ ਆਏ ਸਨ ਤਾਂ ਬਹੁਤਿਆਂ ਨੇ ਉਹਨਾਂ ਨੂੰ ਤੇ ਉਹਨਾਂ ਦੀ ਚੰਗਿਆਈ ਨੂੰ ਨਹੀਂ ਸਮਝਿਆ ਜਿਹੜੇ ਉਹਨਾਂ ਦੇ ਨਜ਼ਦੀਕ ਸਨ ਉਹਨਾਂ ਨੇ ਵੀ ਉਹਨਾਂ ਦੇ ਨਾਲ ਨਫ਼ਰਤ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੇ ਨਾਲ ਬੁਰਾ ਵਰਤਾਵਰਤ ਕੀਤਾ ਉਹਨਾਂ ਨੇ ਇਹ ਨਹੀਂ ਜਾਣਿਆ ਕਿ ਉਹ ਕੌਣ ਹਨ ਅੱਜ ਵੀ ਬੜੇ ਲੋਕ ਨੇ ਜਿਹੜੇ ਸਤਗੁਰ ਯਿਸੂ ਨੂੰ ਨਹੀਂ ਜਾਣਦੇ ਤੇ ਉਹਨਾਂ ਦੇ ਨਾਲ ਬੁਰਾ ਵਰਤਾਵਰ ਕਰ ਰਹੇ ਨੇ ਅਸੀਂ ਖਿਆਲ ਕਰੀਏ ਹਨੇਰੇ ਦੀ ਵੱਲ ਨਾ ਚਲੀਏ ਸਗੋਂ ਉਹਦੇ ਚਾਨਣ ਦੇ ਅੱਗੋਂ ਆਪਣੀ ਅੱਖਾਂ ਨੂੰ ਬੰਦ ਨਾ ਕਰੀਏ